ਅੱਜਕੱਲ੍ਹ ਦੇ ਕੁਝ ਵਿਦਵਾਨ ਨਾ ਐਸੀ ਮਨ ਘੜਤ ਇੱਕ ਗਾਥਾ ਬਣਾਈ ਬੈਠੇ ਆ, ਅਖੇ ਜੀ ਪੋਥੀ ਉੱਤੇ ਗੁਰੂ ਨਾਨਕ ਸਾਹਿਬ ਜਿੱਥੇ ਜਿੱਥੇ ਗਏ ਪੋਥੀ ਆਪਣੇ ਕੋਲ ਰੱਖਦੇ, ਆਪਣੀ ਬਾਣੀ ਆਪ ਲਿਖਦੇ ਉਚਾਰਦੇ, ਫਿਰ ਗੁਰੂ ਅੰਗਦ ਦੇਵ ਜੀ, ਫਿਰ ਗੁਰੂ ਅਮਰਦਾਸ ਜੀ ਵੀ, ਅਖੇ ਜਦੋਂ ਮੱਕੇ ਵਿੱਚ ਗਏ ਗੱਲ ਇਹ ਬਣਾ ਲਈ, ਆਸਾ ਹੱਥ ਕਿਤਾਬ ਕਛ ਨੀਲੀ ਨੀਲ ਰੂਪ ਧਾਰੇ ਬਨਵਾਰੀ, ਭਾਈ ਗੁਰਦਾਸ ਨੇ ਕਿਹਾ ਕਹਿੰਦੇ ਉਹੀ ਪੋਥੀ ਕੱਛ ਵਿੱਚ ਲਈ ਹੋਈ ਸੀ। ਮੈਂ ਤਾਂ ਇਹ ਸਿੰਘਾਂ ਨੂੰ ਵੀ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ, ਗੁਰਬਾਣੀ ਨੂੰ ਤਾਂ ਮਹਾਰਾਜ ਕਹਿੰਦੇ ਪੋਥੀ ਪਰਮੇਸ਼ਰ ਕਾ ਥਾਨ, ਗੁਰੂ ਸਾਹਿਬ ਕਹਿ ਰਹੇ ਆ ਗੁਰੂ ਨਾਨਕ ਸਾਹਿਬ ਜੈਸੀ ਮੈਂ ਆਵੈ ਖਸਮ ਕੀ ਬਾਣੀ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਅਤੇ ਬਾਣੀ ਦੀ ਪੋਥੀ ਕੱਛ 'ਚ ਲੈਣਗੇ ਗੁਰੂ ਨਾਨਕ ਸਾਹਿਬ। ਸਾਧ ਸੰਗਤ ਜੀ, ਉਹ ਕੁਰਾਨ ਨੂੰ ਲਪੇਟ ਕੇ ਮੁਸਲਮਾਨਾਂ ਦੇ ਵਿੱਚ ਇਹ ਪਰੰਪਰਾ ਹੈ ਕਿ ਉਹ ਇਸ ਥਾਂ ਨੂੰ ਸਭ ਤੋਂ ਪਵਿੱਤਰ ਸਮਝ ਕੇ ਵੀ ਇੱਥੇ ਗਲਤ ਗੰਦੇ ਮੰਦੇ ਹੱਥ ਨਹੀਂ ਲੱਗਦੇ, ਉਹ ਕੱਛ ਵਿੱਚ ਲੈ ਲੈਂਦੇ ਆ ਕੁਰਾਨ, ਪੁਰਾਣੀ ਪਰੰਪਰਾ ਉਹਨਾਂ ਦੀ। ਅਤੇ ਉਹ ਕੁਰਾਨ ਸੀ ਸਤਿਗੁਰੂ ਜੀ ਦੇ ਪਾਸ, ਉਹ ਲਿਬਾਸ ਬਣਾਇਆ ਸੀ ਸੱਚੇ ਪਾਤਸ਼ਾਹ ਜੀ, ਹੱਥ ਵਿੱਚ ਸਲੋਤਰ ਫੜਿਆ ਹੋਇਆ ਸੀ, ਉਹ ਗੁਰਬਾਣੀ ਦੀ ਪੋਥੀ ਨਹੀਂ ਸੀ। ਤੋ ਇਹ ਤਾਂ ਬਈ ਤੀਜੇ ਪਾਤਸ਼ਾਹ ਜੀ ਨੇ ਫਿਰ ਵੇਖਿਆ ਕਿ ਇਸ ਕਲਯੁੱਗ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਨਾਲ ਕਈ ਕਵੀ ਲੋਕ ਆਪਣੀ ਮਨ ਦੀ ਮੱਤ ਨਾਲ ਗੁਰੂ ਨਾਨਕ ਸਾਹਿਬ ਦਾ ਨਾਂ ਲਿਖ ਕੇ ਬਾਣੀ ਲਿਖਣ ਲੱਗ ਪਏ ਸੀ, ਉਚਾਰਨ ਕਰਨ ਲੱਗ ਪਏ ਸਨ। ਆਪ ਦੀਆ ਸੋ ਦੂਧ ਬਰਾਬਰ, ਮੰਗ ਲਿਆ ਸੋ ਪਾਨੀ, ਝਗੜ ਲਿਆ ਸੋ ਰਕਤ ਬਰਾਬਰ, ਕਹੋ ਨਾਨਕ ਨਿਰਬਾਣੀ, ਇਹ ਟੱਪੇ ਬਣਾ ਲਏ ਸੀ। ਮਹਾਰਾਜ ਜੀ ਨੇ ਆਨੰਦ ਸਾਹਿਬ 'ਚ ਕਿਹਾ ਨਾ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਸੱਚੀ ਬਾਣੀ ਜਿਹੜੀ ਗੁਰੂ ਕੀ ਹੈ ਧਰੋਂ ਆਈ ਹੈ। ਇਹ ਭਾਈ ਪਹਿਲੇ ਪਾਤਸ਼ਾਹ ਜੀ ਨੇ ਜਿੰਨੀ ਬਾਣੀ ਉਚਾਰੀ, ਜਦੋਂ ਗੁਰੂ ਅੰਗਦ ਦੇਵ ਜੀ ਨੂੰ ਕਰਤਾਰਪੁਰ ਸਾਹਿਬ ਗੁਰਤਾ ਗੱਦੀ ਦਿੱਤੀ, ਉਦੋਂ ਉਹ ਸਾਰੀ ਬਾਣੀ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿੱਚ ਹੀ ਟਿਕਾ ਕੇ ਪ੍ਰਕਾਸ਼ ਕਰ ਦਿੱਤਾ। ਫਿਰ ਤੀਜੇ ਪਾਤਸ਼ਾਹ ਨੂੰ ਜਦੋਂ ਗੁਰੂ ਅੰਗਦ ਦੇਵ ਜੀ ਨੇ ਗੁਰਤਾ ਗੱਦੀ ਦਿੱਤੀ, ਪਹਿਲੇ ਦੂਜੇ ਸਤਿਗੁਰਾਂ ਦੀ ਬਾਣੀ ਦਾ ਪ੍ਰਕਾਸ਼ ਗੁਰਤਾ ਗੱਦੀ ਦੇ ਨਾਲ ਹੀ ਗੁਰੂ ਅਮਰਦਾਸ ਜੀ ਦੇ ਹਿਰਦੇ ਵਿੱਚ ਟਿਕਾਇਆ, ਪ੍ਰਕਾਸ਼ ਕੀਤਾ। ਦੋ ਗੁਰੂ ਸਾਹਿਬਾਨਾਂ ਦੀ ਬਾਣੀ ਸੰਭਾਲ ਕੇ ਰੱਖਣੀ ਗੁਰੂ ਅਮਰਦਾਸ ਜੀ ਲਈ ਕੀ ਔਖੀ ਸੀ, ਪਰ ਮਹਾਰਾਜ ਜੀ ਨੇ ਆਉਣ ਵਾਲੇ ਸਮੇਂ ਲਈ ਵਿਚਾਰਿਆ ਕਿ ਲੋਕ ਗੁਰਬਾਣੀ ਦੇ ਬਰਾਬਰ ਬਹੁਤ ਕੁਝ ਰਚਨਾਵਾਂ ਰਚ ਲੈਣਗੇ ਅਤੇ ਅਸਲੀ ਅਤੇ ਨਕਲੀ ਦੀ ਪਛਾਣ ਨਹੀਂ ਰਹਿ ਜਾਏਗੀ। ਮਿਹਰਬਾਨ ਪੁੱਤ ਪ੍ਰਿਥੀਏ ਦਾ ਕਵੀਸ਼ਰੀ ਕਰੇ, ਨਾਲੇ ਪਾਰਸੀ ਸੰਸਕ੍ਰਿਤ ਹਿੰਦ ਵੀ ਪੜ੍ਹੇ, ਤਿੰਨ ਪੀ ਬਾਣੀ ਬਹੁਤ ਬਣਾਈ, ਭੋ ਗੁਰੂ ਨਾਨਕ ਜੀ ਦਾ ਹੀ ਪਾਈ। ਇਹ ਸਾਰਾ ਭਾਈ ਲਿਖਿਆ ਹੋਇਆ ਪੁਰਾਣੇ ਗ੍ਰੰਥਾਂ ਦੇ ਵਿੱਚ, ਇਤਿਹਾਸਕ ਪੋਥੀਆਂ ਵਿੱਚ। ਮਿਹਰਬਾਨ ਵੀ ਕਹਿੰਦੇ ਕਵੀਸ਼ਰੀ ਸਿੱਖ ਗਿਆ ਪ੍ਰਿਥੀਏ ਦਾ, ਉਹਨੇ ਵੀ ਬਈ ਬਾਣੀ ਪ੍ਰਿਥੀਆਂ ਨੇ ਵੀ ਰਚ ਲਈ, ਮੀਣਿਆਂ ਨੇ ਵੀ। ਫਿਰ ਗੁਰੂ ਅਮਰਦਾਸ ਜੀ ਨੇ ਭਾਈ ਸੰਸ ਰਾਮ ਤੋਂ ਗੋਇੰਦਵਾਲ ਸਾਹਿਬ ਆਪਣੇ ਪੋਤਰੇ ਤੋਂ ਲਿਖਾਰੀ ਲਾ ਕੇ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਫਿਰ ਗੁਰੂ ਅੰਗਦ ਦੇਵ ਜੀ ਦੀ, ਫਿਰ ਆਪਣੀ ਬਾਣੀ ਪੋਥੀਆਂ ਵਿੱਚ ਲਿਖਾਈ। ਉਹ ਪੋਥੀਆਂ ਬਾਬੇ ਮੋਹਣ ਕੋਲ ਹੀ ਸਨ, ਸਾਰਾ ਇਤਿਹਾਸ ਹੈ। ਔਰ ਪਾਲਕੀ ਵਿੱਚ ਮਹਾਰਾਜ ਉਹ ਪੋਥੀਆਂ ਗੋਇੰਦਵਾਲ ਸਾਹਿਬ ਤੋਂ ਲੈ ਕੇ ਆਏ, ਔਰ ਉਹਨਾਂ ਪੋਥੀਆਂ ਤੋਂ ਪਹਿਲੀ ਆਦਿਬੀੜ ਗੁਰੂ ਗ੍ਰੰਥ ਸਾਹਿਬ ਰਾਮਸਰ ਸਾਹਿਬ ਬੈਠ ਕੇ ਲਿਖਾਈ। ਫਿਰ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਚੜ੍ਹਾਈ, ਔਰ ਭਾਈ ਗੁਰਦਾਸ ਜੀ ਨੂੰ ਕਹਿ ਕੇ
ਛੇਵੇਂ ਪਾਤਸ਼ਾਹ ਜੀ ਨੇ ਨੌ ਧੁਨਾਂ ਸ਼੍ਰੀ ਅਕਾਲ ਤਖਤ ਸਾਹਿਬ ਉਸੇ ਸਰੂਪ ਵਿੱਚ ਲਿਖਵਾਈਆਂ। ਫਿਰ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦਸਮ ਪਿਤਾ ਜੀ ਨੇ ਚੜ੍ਹਾਈ, ਸਾਰੀ ਬਾਣੀ ਫਿਰ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾਇਆ, ਬਾਬਾ ਦੀਪ ਸਿੰਘ ਜੀ ਨੂੰ ਨਾਲ ਸਹਾਇਕ ਵਿੱਚ ਸਾਰੀ ਸੇਵਾ ਅੰਗਾਂ ਦੀ, ਸਿਆਹੀ ਦੀ, ਕਲਮਾਂ ਦੀ, ਬਾਣੀ ਲਿਖਾਉਣ ਦੀ ਭਾਈ ਮਨੀ ਸਿੰਘ ਜੀ ਦੇ ਨਾਲ ਲਾ ਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਕੱਠੋਂ ਜ਼ਬਾਨੀ ਉਚਾਰਿਆ। ਮਹਾਨ ਕੋਸ਼ ਦਾ ਕਰਤਾ ਕਹਿੰਦਾ, ਭਾਈ ਕਾਹਨ ਸਿੰਘ ਕਹਿੰਦਾ, ਆਤਮ ਸੱਤਿਆਂ ਨਾਲ ਕੰਠੋਂ ਬਾਣੀ ਆਪਣੀ ਸ਼ਕਤੀ ਨਾਲ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਚਾਰੀ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇੰਨੀ ਬਾਣੀ ਕੰਠ ਹੈ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਤਾਂ ਗੁਰੂ ਅੰਗਦ ਗੁਰੂ ਅਮਰਦਾਸ ਜੀ ਲਈ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਜੀ ਦੀ ਬਾਣੀ ਕੰਠ ਰੱਖਣੀ ਕਿੰਨੀ ਔਖੀ ਸੀ। ਵਿਚਾਰ ਕਰ ਲਈਏ ਨਾ ਇੱਕ ਪੱਖ ਤੋਂ, ਵੀ ਜੇ ਇਹ ਲੋਕ ਇਸੀ ਗੱਲ ਕਰਦੇ ਹੈ, ਉਹ ਬਾਣੀ ਸਤਿਗੁਰਾਂ ਦੇ ਹਿਰਦੇ ਵਿੱਚ ਵੀ ਹੈ, ਕੰਠ ਰੂਪ ਵਿੱਚ ਵੀ ਹੈ, ਉਹ ਬਾਣੀ ਸਾਰੀ ਸਤਿਗੁਰਾਂ ਨੇ ਲਿਖਾਈ। ਜਿੱਥੇ ਭਾਈ ਕਤੇਬ ਦਾ ਅਤੇ ਵੇਦ ਦਾ ਜ਼ਿਕਰ ਆਏਗਾ, ਉੱਥੇ ਜ਼ਿਕਰ ਆਉਂਦਾ ਹੈ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਕਿਤਾਬ ਕਿਹਾ ਨਾ ਭਾਈ ਗੁਰਦਾਸ ਜੀ ਨੇ, ਕਿਤਾਬ ਦਾ ਮੀਨਿੰਗ ਮਤਲਬ ਹੈ ਕੁਰਾਨ, ਹਿੰਦੂ ਮੁਸਲਮਾਨ ਧਰਮ ਦੀਆਂ ਧਾਰਮਿਕ ਗ੍ਰੰਥ, ਉਹਨਾਂ ਦੇ ਪਾਵਨ ਗ੍ਰੰਥ। ਵੇਦ ਹਿੰਦੂਆਂ ਦੇ ਵੇਦ, ਕਿਤੇਬ ਮੁਸਲਮਾਨਾਂ ਦੀਆਂ ਚਾਰ ਕਿਤੇਬਾਂ, ਜਿਵੇਂ ਤੌਰੇਤ ਹੈ, ਅੰਜੀਲ ਹੈ, ਔਰ ਇਸੇ ਹੀ ਤਰ੍ਹਾਂ ਕੁਰਾਨ ਹੈ, ਇਹ ਚਾਰ ਉਹਨਾਂ ਦੀਆਂ ਹਨ। ਸੋ ਇਸ ਕਰਕੇ ਬਈ ਖਿਆਲ ਰੱਖਣਾ ਹੈ ਕਿ ਇਹ ਬਾਣੀ ਦੀਆਂ ਪੋਥੀਆਂ ਲਿਖਾਈਆਂ ਹੀ ਗੋਂਦਵਾਲ ਸਾਹਿਬ ਸਨ, ਜਿਨ੍ਹਾਂ ਨੂੰ ਲੈ ਕੇ ਗੁਰੂ ਅਰਜਨ ਦੇਵ ਜੀ ਆਏ। ਪਾਲਕੀ ਸਾਹਿਬ ਅੱਜ ਵੀ ਉਹ ਗੋਂਦਵਾਲ ਸਾਹਿਬ ਚੁਬਾਰਾ ਸਾਹਿਬ ਵਿੱਚ ਹੈ, ਕਦੇ ਭੁਲੇਖੇ ਦਾ ਸ਼ਿਕਾਰ ਨਹੀਂ ਆਪਾਂ ਬਣਨਾ। ਸੋ ਇਉਂ ਮਹਾਰਾਜ ਜੀ ਨੂੰ ਦੱਸ ਰਹੇ ਹੈ ਕਿ ਮੇਰੇ ਪੁੱਤਰ ਨੂੰ ਮਹਾਰਾਜ ਨੇ ਸਾਰਾ ਲਿਖਤ ਕਰਨੀ ਸਿਖਾ ਕੇ, ਗੁਰਮੁਖੀ ਪੜ੍ਹਾ ਕੇ ਆਪ ਲਿਖਾਰੀ ਲਾਇਆ ਭਾਈ ਸੰਸ ਰਾਮ ਨੂੰ। ਖਿਆਲ ਰੱਖਣਾ, ਗੁਰਬਾਣੀ ਦੀ ਪੋਥੀਆਂ ਦੇ ਪਹਿਲੇ ਲਿਖਾਰੀ ਗੁਰੂ ਅਮਰਦਾਸ ਜੀ ਦੇ ਪੋਤਰੇ ਭਾਈ ਸੰਸ ਰਾਮ ਜੀ ਸਨ, ਦੂਜੇ ਲਿਖਾਰੀ ਬਾਬਾ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਜੀ, ਫਿਰ ਅੱਗੇ ਉਹ ਗੁਰਬਾਣੀ ਸਾਰੀ ਖਾਲਸੇ ਪੰਥ ਵਿੱਚ ਮਹਾਰਾਜ ਜੀ ਨੇ ਆਪ ਪ੍ਰਗਟ ਕੀਤੀ ਹੈ ਪ੍ਰਤੱਖ ਰੂਪ ਵਿੱਚ।